ਆਹ ਪਿੰਡ ਲਿੱਤਰਾਂ ਦੇ ਸਰਪੰਚ ਦੀ ਗੱਡੀ 'ਚ ਦਾਰੂ ਰੱਖ ਹੋ ਰਹੀ ਆ ਸ਼ਰੇਆਮ, ਉਹ ਦੇਖ ਲਓ। ਦੱਸ ਦੇ ਕਿ ਸਰਪੰਚ ਦੀ ਗੱਡੀ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਰੱਖ ਕੇ ਲਜਾਈਆਂ ਜਾ ਰਹੀਆਂ ਸੀ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਵੇਂ ਇਹ ਗੱਡੀ ਠੇਕੇ ਦੇ ਸਾਹਮਣੇ ਖੜੀ ਹੈ ਤੇ ਇੱਕ ਸ਼ਖਸ ਠੇਕੇ ਦੇ ਵਿੱਚੋਂ ਸ਼ਰਾਬ ਦੀਆਂ ਪੇਟੀਆਂ ਚੱਕ ਕੇ ਇਸ ਨੂੰ ਗੱਡੀ ਦੇ ਵਿੱਚ ਰੱਖ ਰਿਹਾ ਹੈ ਅਤੇ ਇਸ ਦੀ ਵੀਡੀਓ ਇੱਕ ਸ਼ਖਸ ਦੇ ਵੱਲੋਂ ਬਣਾ ਲਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰ ਦਿੱਤੀ ਜਾਂਦੀ ਹੈ। ਤਾਂ ਦੱਸ ਦਈਏ ਕਿ ਇਸ ਸ਼ਖਸ ਨੂੰ ਪੁਲਿਸ ਅਤੇ ਐਕਸਾਈਜ਼ ਦੀ ਟੀਮ ਦੇ ਵੱਲੋਂ ਕਾਬੂ ਕਰ ਲਿਆ ਹੈ ਤੇ ਇਸ ਤੋਂ 15 ਸ਼ਰਾਬ ਦੀਆਂ ਪੇਟੀਆਂ ਵੀ ਮੌਕੇ ਤੋਂ ਬਰਾਮਦ ਕੀਤੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਪੁਲਿਸ ਅਤੇ ਐਕਸਾਈਜ਼ ਦੀ ਟੀਮ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਇਹ ਸ਼ਖਸ ਗੱਡੀ ਦੇ ਵਿੱਚ ਸ਼ਰਾਬ ਦੀਆਂ 15 ਪੇਟੀਆਂ ਰੱਖੀ ਬੈਠਾ ਸੀ, ਇਸ ਨੂੰ ਪੁਲਿਸ ਦੀ ਟੀਮ ਦੇ ਵੱਲੋਂ ਕਾਬੂ ਕਰ ਲਿਆ ਤਾਂ ਇਸ ਦੀ ਇਹ ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਇੱਕ ਸਰਪੰਚ ਦੀ ਹੈ ਜਿਸ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਰੱਖੀਆਂ ਜਾ ਰਹੀਆਂ ਸੀ, ਜਿਸ ਦੀ ਇਹ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਸ਼ਰਾਬ ਨੂੰ ਲਿਜਾਇਆ ਜਾ ਰਿਹਾ ਸੀ। ਤਾਂ ਇਸ ਸੰਬੰਧੀ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਹਾਲੇ ਤੱਕ ਇਸ ਸ਼ਖਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਨਿਕਲਿਆ, ਪਰ ਫਿਰ ਵੀ ਪੁਲਿਸ ਦੇ ਵੱਲੋਂ ਇਸ ਸੰਬੰਧੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਤਾਂ ਵੇਖੋ ਵੀਡੀਓ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗੱਡੀ ਦੇ ਵਿੱਚ ਸ਼ਰਾਬ ਰੱਖ ਕੇ ਲਿਜਾਈ ਜਾ ਰਹੀ ਸੀ। ਤਾਂ ਚੋਣਾਂ ਨੂੰ ਵੇਖਦੇ ਹੋਏ ਐਕਸਾਈਜ਼ ਦੀ ਟੀਮ ਅਤੇ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਜ਼ਰੂਰਤ ਤੋਂ ਵੱਧ ਸ਼ਰਾਬ ਲਿਜਾਣ ਵਾਲਿਆਂ ਤੇ ਅੱਖ ਰੱਖ ਰਹੀ ਹੈ। ਤਾਂ ਇਸੀ ਸੰਬੰਧ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਇਸ ਸ਼ਖਸ ਨੂੰ ਕਾਬੂ ਕੀਤਾ ਗਿਆ ਹੈ ਜਿਹੜਾ ਕਿ ਸ਼ਰਾਬ ਦੀਆਂ 15 ਪੇਟੀਆਂ ਨੂੰ ਗੱਡੀ ਦੇ ਵਿੱਚ ਰੱਖ ਕੇ ਲਿਜਾ ਰਿਹਾ ਸੀ। ਤਾਂ ਦੱਸ ਦਈਏ ਕਿ ਵੀਡੀਓ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਐਕਸਾਈਜ਼ ਦੀ ਟੀਮ ਅਤੇ ਪੁਲਿਸ ਦੇ ਵੱਲੋਂ ਇਸ ਸ਼ਖਸ ਨੂੰ ਕਾਬੂ ਕੀਤਾ ਗਿਆ ਜੋ ਕਿ ਗੱਡੀ ਦੇ ਵਿੱਚ 15 ਸ਼ਰਾਬ ਦੀਆਂ ਬੋਤਲਾਂ ਰੱਖ ਕੇ ਲਿਜਾ ਰਿਹਾ ਸੀ।